ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਨਾਮ ਜਪਿਆ, ਵੰਡ ਕੇ ਛਕਿਆ, ਦੇਹ ਖਿਲਾਏ ਤੇ ਵੰਡੀ ਤਿਲਕ ਕੀਤਾ ਤੇ ਨਾ ਪਿਆਰੇ ਆ ਸਚਿਆਰੇ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦੇ ਧਾਮਾਂ ਦਾ ਧਿਆਨ ਤੇ ਖਾਲਸਾ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ। ਪ੍ਰਥਮੇ ਸਮੂਹ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਦਾ ਵਾਹਿਗੁਰੂ ਵਾਹਿਗੁਰੂ ਆਵੇ ਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਗੁਰਦੇਵ ਦੇ ਪਤੇ ਵਿਰਦ ਕੇ ਕਾਜ ਪੰਥ ਕੀ ਜੀਤ ਤਾਂ ਦੇਵ ਕੇ ਸਾਚੇ ਪਿਤਾ ਵਾਹਿਗੁਰੂ। ਧੰਨ ਧੰਨ ਗੁਰਗੱਦੀ ਤੇ ਵਿਰਾਜਮਾਨ ਚਬਰ ਸ਼ਤ ਤਖਤਾਂ ਦੇ ਬਹੁਤ ਧੰਨਵਾਦ ਕਰਦੇ ਹਾਂ। ਜੋ ਰੀਤੀ ਦੇ ਰਿਵਾਜ ਦੇ ਨਾਲ ਜਿਸ ਤਰ੍ਹਾਂ ਲਾਸ ਆਉਣੀ ਚਾਹੀਦੀ ਸੀਗੀ ਉਸ ਤਰ੍ਹਾਂ ਇਹਨਾਂ ਦੀ ਕਿਰਪਾ ਦੇ ਨਾਲ ਆ ਗਈ। ਕਿਉਂ ਵੀ ਇਹਨੇ ਕੋਸ਼ਿਸ਼ ਬਹੁਤ ਕੀਤੀ, ਉੱਥੇ ਕੋਈ ਪੁੱਛਦਾ ਨਹੀਂ ਗਾ ਸਕਾ ਅਤੇ ਜੇਲੇ ਅਸੀਂ ਫਿਰ ਇਹਨਾਂ ਨੂੰ ਕਿਹਾ ਅਤੇ ਨਹੀਂ ਪੂਰੀ ਤਰ੍ਹਾਂ ਨਾਲ ਉੱਥੇ ਪਹੁੰਚ ਕਰਕੇ ਤਾਂ ਲਾਸ ਜਿਹੜੀ ਆ 6 ਵਜੇ ਏਅਰਪੋਰਟ 'ਤੇ ਆ ਗਈ ਸੀਗੀ ਦਿੱਲੀ ਅਤੇ ਉਹਦਾ ਅੱਜ ਸਰਕਾਰ ਨਾਲ ਸੰਸਕਾਰ ਕੀਤਾ ਗਿਆ। ਮਾਨ ਸਾਹਿਬ ਦਾ ਬਹੁਤ ਧੰਨਵਾਦ। ਮੰਗ ਕਰਦੇ ਹਾਂ, ਇਹ ਬੜੀ ਦੁਰਭਗਨਾ ਦੁਰਘਟਨਾ ਹੋਈ ਆ। ਇਹਦਾ ਕੋਈ ਵੀ ਜਿਹਦੇ ਛੋਟੇ ਛੋਟੇ ਬੱਚੇ ਆ, 3 ਲੜਕੀਆਂ ਆ, ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਆ। ਉੱਧਰ ਵੀ ਬਾਹਰੋਂ ਜੇ ਕੋਈ ਗਿਆ ਸੀ ਇੱਥੋਂ ਪੈਸੇ ਲਾ ਕੇ ਤਾਂ ਉੱਥੇ ਕਾਰੋਬਾਰ ਕਰਦਾ ਸੀ, ਚਲੋ 2 ਦਿਨੇ ਹੋਏ ਸੀ ਬੇਸ਼ੱਕ ਕੰਮ ਜਾਣੇ 'ਤੇ, ਤਾਂ ਪੈਸੇ ਤਾਂ ਲਾ ਚੱਕ ਕੇ ਗਰੀਬ ਬੰਦਾ ਕਰਜ਼ਾ ਜਾਂਦਾ ਆ, ਬੜਾ ਮੁਸ਼ਕਿਲ ਹੋ ਗਿਆ। ਛੋਟੇ ਛੋਟੇ ਬੱਚੇ ਆ, 3 ਲੜਕੀਆਂ ਆ, ਪ੍ਰਸ਼ਾਸਨ ਨੂੰ ਫਿਰ ਦੁਬਾਰਾ ਕਹਿੰਦੇ ਹਾਂ ਵੀ ਜ਼ਰੂਰ ਕੁਛ ਨਾ ਕੁਛ ਕਰਨਾ ਚਾਹੀਦਾ।